ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਖਿਲਾਫ਼ ਸੈਂਟਰ ਸਰਕਾਰ ਵੱਲੋਂ MSP ਭਾਵ ਕਿਸਾਨਾਂ ਦੀਆਂ ਫਸਲਾਂ ਦੇ ਸਮਰਥਨ ਮੁੱਲ ਨੂੰ ਖਤਮ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਕਿਸਾਨਾਂ ਸਮੇਤ ਕਈ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਵਿੱਚ ਧਰਨੇ ਲਾ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਇਸ ਵਿਰੋਧ ਦਾ ਕਾਫ਼ੀ ਪੰਜਾਬੀ ਗਾਇਕ ਵੀ ਹਿੱਸਾ ਬਣਦੇ ਨਜ਼ਰ ਆ ਰਹੇ ਹਨ। ਬੀਤੇ ਦਿਨੀ ਜਸ ਬਾਜਵਾ ਵੱਲੋਂ ਵੀ ਧਰਨੇ ਵਿੱਚ ਹਿੱਸਾ ਲੈ ਕੇ ਇਸ ਮਾਮਲੇ ਸੰਬੰਧੀ ਸਰਕਾਰ ਦਾ ਵਿਰੋਧ ਕੀਤਾ ਗਿਆ। ਉਹਨਾਂ ਵੱਲੋਂ ਨਵੀਂ ਪੀੜ੍ਹੀ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹਨਾਂ ਵੱਲੋਂ ਵੀ ਇਸ ਵਿਰੋਧ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਸਰਕਾਰ ਦਾ ਵਿਰੋਧ ਕੀਤਾ ਜਾ ਸਕੇ। ਸਿੱਧੂ ਤੇ ਸਾਰੇ ਸਿਆਣੇ ਨੇ ਜਿੰਨੇ ਵੀ ਬੁਲਾਰੇ ਬੋਲ ਕੇ ਬੈਠੇ ਨੇ, ਇਹਨਾਂ ਨੇ ਤੁਹਾਨੂੰ ਬਿੱਲ ਬਾਰੇ ਦੱਸਤਾ, ਸਮਝਾਤਾ, ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ। ਪਰ ਜਿਹਨਾਂ ਨੂੰ ਨਹੀਂ ਪਤਾ ਆਪਣੇ ਬਜ਼ੁਰਗਾਂ ਨੂੰ, ਉਹਨਾਂ ਨੂੰ ਜ਼ਰੂਰ ਦੱਸੋ, ਇਹ ਜਿਹੜੇ ਬਿੱਲ ਆਰਡੀਨੈਂਸ ਪਾਸ ਕਰਕੇ ਸਾਡੇ ਤੋਂ ਥੋਪੇ ਗਏ ਨੇ, ਇਹ ਕਿਸੇ ਵੀ ਤਰੀਕੇ ਨਾਲ ਸਾਡੇ ਪੱਖ 'ਚ ਨਹੀਂ ਹੈਗੇ। ਵੀਰੇ, ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਇਹੀ ਹੈ ਕਿ ਮੈਂ ਇਹਨਾਂ ਧਰਨਿਆਂ ਦੀਆਂ ਫੋਟੋਆਂ ਬਹੁਤ ਦਿਨਾਂ ਤੋਂ ਦੇਖ ਰਿਹਾ। ਇੱਥੇ ਨੌਜਵਾਨਾਂ ਨਾਲੋਂ ਸਾਡੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ। ਅੱਜ ਮੈਂ ਘਰੋਂ ਇਸ ਕਰਕੇ ਨਿਕਲਿਆ ਕਿ ਸ਼ਾਇਦ ਮੈਨੂੰ ਦੇਖ ਕੇ ਬਹੁਤ ਬੰਦੇ ਮੈਨੂੰ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਕਿ ਕੁਛ ਨੌਜਵਾਨ ਮੋਢੇ ਨਾਲ ਮੋਢਾ ਲਾ ਕੇ ਆਪਣੇ ਬਜ਼ੁਰਗਾਂ ਦੇ ਖੜਨ। ਸੋ ਜ਼ਿਆਦਾ ਸਮਾਂ ਮੈਂ ਨਹੀਂ ਲੈਂਦਾ, ਪਰ ਜਿੰਨੇ ਵੀ ਪੰਜਾਬ 'ਚ ਧਰਨੇ ਲੱਗਣੇ ਨੇ, ਤੁਸੀਂ ਵੀਰਾਂ ਨੂੰ ਬੇਨਤੀ ਕਰਦਾ, ਸਪੈਸ਼ਲ ਆਪਣੇ ਬਜ਼ੁਰਗਾਂ ਨਾਲ ਖੜਨ ਦਾ ਅੱਜ ਟਾਈਮ ਹੈ, ਕਿਉਂਕਿ ਇਹ ਅੱਗ ਹੁਣ ਸਾਡੇ ਖੇਤਾਂ ਤੋਂ ਹੁੰਦੀ ਹੋਈ ਸਾਡੇ ਘਰ ਤੱਕ ਪਹੁੰਚ ਚੁੱਕੀ ਹੈ। ਇਹ ਜਿਹੜੇ ਬਿੱਲ ਨੇ ਸਾਡੇ ਸਿੱਧੇ ਤੌਰ 'ਤੇ ਪਿੱਠ 'ਚ ਛੁਰਾ ਮਾਰਿਆ ਗਿਆ, ਕਿਸੇ ਵੀ ਤਰੀਕੇ ਨਾਲ ਸਾਡੇ ਪੱਖੀ ਨਹੀਂ ਹੈਗੇ। ਸੋ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਅੱਗੇ ਪੰਜਾਬ 'ਚ ਧਰਨੇ ਹੋਣੇ ਨੇ, ਆਪਣੇ ਬਜ਼ੁਰਗਾਂ ਦਾ, ਆਪਣੀ ਖੇਤੀ ਨੂੰ ਬਚਾਉਣ ਲਈ ਉਹਨਾਂ ਦਾ ਸਾਥ ਜ਼ਰੂਰ ਦਿਓ। ਇੰਨੀ ਕੁ ਬੇਨਤੀ ਮੇਰੇ ਵੱਲੋਂ ਪ੍ਰਵਾਨ ਕਰੋ, ਜੋ ਤੋਂ ਗਲਤ ਦੀ ਮਾਫ਼ੀ ਚਾਹੁੰਦਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਬੱਬੂ ਮਾਨ ਵੱਲੋਂ ਵੀ ਕਿਸਾਨਾਂ ਦੇ ਹੱਕ ਵਿੱਚ ਇੱਕ ਪੋਸਟ ਪਾਈ ਗਈ ਸੀ, ਜਿਸ ਵਿੱਚ ਮਾਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਲਿਖਿਆ ਗਿਆ ਸੀ ਕਿ ਇਸ ਤੋਂ ਬਾਅਦ ਜਿੱਥੇ ਬੱਬੂ ਮਾਨ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਸੀ, ਉੱਥੇ ਸਿੱਧੂ ਮੂਸੇਵਾਲਾ ਬਾਰੇ ਵੀ ਕਈ ਸਵਾਲ ਉੱਠੇ ਕਿ ਉਹ ਕਿਸਾਨ ਹੋ ਕੇ ਵੀ ਕਿਸਾਨਾਂ ਦੇ ਹੱਕ ਵਿੱਚ ਸਰਕਾਰ ਦਾ ਵਿਰੋਧ ਨਹੀਂ ਕਰ ਰਹੇ ਹਨ। ਜਿਸ ਤੋਂ ਬਾਅਦ ਉਹਨਾਂ ਦੇ ਨੇੜੇ ਦੇ ਮਿੱਤਰ ਭਾਨਾ ਸਿੱਧੂ ਨੇ ਲਾਈਵ ਹੋ ਅੱਜ ਦੱਸਿਆ ਕਿ ਸਿੱਧੂ ਮੂਸੇਵਾਲਾ ਹੋਰਾਂ ਦੀ ਤਰ੍ਹਾਂ ਦਿਖਾਵਾ ਵਿੱਚ ਵਿਸ਼ਵਾਸ ਨਹੀਂ ਰੱਖਦੇ, ਇਸ ਲਈ ਸਿੱਧੂ ਵੱਲੋਂ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਨਹੀਂ ਪਾਈ ਗਈ, ਬਲਕਿ ਸਿੱਧੂ ਮੂਸੇਵਾਲਾ ਨੇ ਭਾਨਾ ਸਿੱਧੂ ਨੂੰ ਇਹ ਕਿਹਾ ਹੈ ਕਿ ਉਹ ਖੁਦ ਧਰਨੇ ਦਾ ਹਿੱਸਾ ਲੈਣਾ ਚਾਹੁੰਦੇ ਹਨ, ਤੇ ਸਿੱਧੂ ਮੂਸੇਵਾਲਾ ਨੇ ਇਹ ਵੀ ਕਿਹਾ ਕਿ ਉਹ ਧਰਨੇ ਵਿੱਚ ਜਾਂ ਸਟੇਜ ਤੇ ਨਹੀਂ ਬਲਕਿ ਕਿਸਾਨਾਂ ਨਾਲ ਜ਼ਮੀਨ ਤੇ ਬੈਠਣਗੇ। ਬਹੁਤ ਸਾਰੇ ਭਰਾਵਾਂ ਦੇ ਮੈਂ ਮੈਸੇਜ ਪੜ੍ਹ ਰਿਹਾ ਸੀ, ਦੇਖ ਰਿਹਾ ਸੀਗਾ, ਉਹ ਕਹਿ ਰਹੇ ਸੀ ਬਾਈ ਸਿੱਧੂ ਮੂਸੇਵਾਲਾ ਤੇਰੀ ਨਜ਼ਦੀਕੀ ਆ ਜਾਂ ਆਪਣੀ ਦੋਸਤੀ, ਆਪਣਾ ਭਰਾ ਹੈ ਛੋਟਾ ਸਿੱਧੂ, ਤੇ ਉਹ ਕਹਿ ਰਹੇ ਸੀ ਵੀ ਧਰਨੇ ਦੇ ਵਿੱਚ ਉਹ ਕਿਸਾਨਾਂ ਦੀ ਸਪੋਰਟ ਕਿਉਂ ਨਹੀਂ ਕਰ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਉਹ ਸ਼ੋਸ਼ੇਬਾਜ਼ੀ 'ਚ ਬੰਦਾ ਵਿਸ਼ਵਾਸ ਨਹੀਂ ਰੱਖਦਾ, ਪੋਸਟਾਂ 'ਚ ਵਿਸ਼ਵਾਸ ਨਹੀਂ ਰੱਖਦਾ। ਉਹਨੇ ਮੈਨੂੰ ਸਿੱਧਾ ਕਿਹਾ ਸੀ ਭਾਨੇ ਮੈਂ ਧਰਨੇ 'ਤੇ ਪਹੁੰਚਣਾ ਅਤੇ ਮੈਂ ਪਹੁੰਚ ਰਿਹਾ, ਕਿਉਂਕਿ ਉਸ ਮੁੱਦੇ 'ਤੇ ਅਸੀਂ ਪੰਜਾਬ ਲੈਵਲ ਦੇ ਪ੍ਰਧਾਨਾਂ ਨਾਲ ਕੱਲ੍ਹ ਸਾਰਿਆਂ ਨਾਲ ਮੀਟਿੰਗ ਕਰੀ। ਉਹਦੇ ਵਿੱਚ ਇਹ ਸੋਚਿਆ ਗਿਆ, ਕਿਉਂਕਿ ਸਿੱਧੂ ਆਪਣੇ ਆਪ ਨੂੰ ਆਮ ਇਨਸਾਨ ਸਮਝਦਾ ਵੀ ਮੈਂ ਆਮ ਹੀ ਹਾਂ, ਪਰ ਹੁਣ ਲੋਕਾਂ ਦੀ ਨਜ਼ਰ ਸਾਨੂੰ ਪਤਾ ਵੀ ਕੀ ਆ। ਜੇ ਤੁਸੀਂ ਸੋਚਿਆ ਵੀ ਧਰਨੇ ਵਿੱਚ ਸਿੱਧੂ ਆਊਗਾ ਤਾਂ ਬਹੁਤ ਵੱਡਾ ਪਤਾ ਨਹੀਂ ਕਲਾਊਡ ਹੋ ਜਾਣਾ, ਸਾਹਮਣਾ ਨਹੀਂ ਪ੍ਰਸ਼ਾਸਨ ਦੀ, ਪਰਮਿਸ਼ਨਾਂ ਬਹੁਤ ਸਾਰੀਆਂ ਲੈਣੀਆਂ ਪੈਣਗੀਆਂ ਜੇ ਸਿੱਧੂ ਮੂਸੇਵਾਲਾ ਧਰਨੇ ਜਾਂਦਾ। ਅਤੇ ਇਸ ਕਰਕੇ ਬਾਈ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੱਲ੍ਹ ਸਟੇਜ ਤੋਂ ਪੰਜਾਬ ਦੇ ਪ੍ਰਧਾਨ ਨੇ ਕੱਲ੍ਹ ਸਟੇਜ ਤੋਂ ਉਹਦਾ ਧੰਨਵਾਦ ਕੀਤਾ, ਅਤੇ ਕਿਉਂਕਿ ਸਿੱਧੂ ਚਾਹੁੰਦਾ ਕਿ ਮੈਂ ਧਰਨੇ ਦੇ ਵਿੱਚ ਥੱਲੇ ਜਾ ਕੇ ਬੈਠਣਾ, ਜਿਵੇਂ ਆਮ ਇਨਸਾਨ ਬੈਠਣਾ ਉਵੇਂ ਬੈਠਣਾ। ਹੁਣ ਜਿੱਥੇ ਵੀ ਉਹ ਬੈਠੂਗਾ ਉੱਥੇ ਹੀ ਉਨਾ ਇਕੱਠ ਹੋਣਾ। ਬਹੁਤ ਸਾਰੀਆਂ ਉਸ ਲਈ ਚੀਜ਼ਾਂ ਚਾਹੀਦੀਆਂ ਨੇਗੀਆਂ, ਬਹੁਤ ਸਾਰੇ ਪ੍ਰਬੰਧ ਚਾਹੀਦੇ ਨੇ। ਕਿਸਾਨ ਯੂਨੀਅਨ ਕੋਲ ਐਡੇ ਪ੍ਰਬੰਧ ਨਹੀਂ ਹੁੰਦੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਕੋਲ, ਇਹਨਾਂ ਕੋਲ ਵੱਡੇ ਵੱਡੇ ਬਜਟ ਹੁੰਦੇ ਨੇਗੇ। ਸਿੱਧੂ ਦਾ ਦੇਖੋ, ਸਿੱਧੂ ਪਹੁੰਚਣਾ ਚਾਹੁੰਦਾ ਉਸ ਜਥੇਬੰਦੀ ਦੇ ਵਿੱਚ ਜਿਹੜੀ ਨਿਰਪੱਖ ਹੈ, ਕਿਸੇ ਦੇ ਨਾਲ ਸੰਬੰਧ ਨਹੀਂ ਹੈਗੀ, ਜਿਹੜੀ ਸਿੱਧੀ ਕਿਸਾਨਾਂ ਦੀ ਪੱਕੀ ਲੜਾਈ ਲੜ ਰਹੀ ਹੈ। ਸਭ ਤੋਂ ਜਿਹੜੇ ਵੱਧ ਲੜਾਈ ਹੈ ਜੇ ਸਭ ਤੋਂ ਜਿਹੜਾ ਵੱਧ ਦਾ ਇਕੱਠ ਉਹ ਅਗਰਾਹਾਂ ਜਥੇਬੰਦੀ ਦਾ, ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਜਥੇਬੰਦੀ ਹੈ ਜਿਹੜੀ। ਹੁਣ ਪਟਿਆਲੇ ਦੇ ਵਿੱਚ ਕਿੱਡਾ ਵੱਡਾ ਇਕੱਠ ਹੈ, ਸਿੱਧੂ ਕਹਿੰਦਾ ਇਹ ਇਕੱਠ ਦੇ ਵਿੱਚ ਸ਼ਾਮਲ ਹੋਣਾ ਮੈਂ, ਇੱਥੇ ਕਹਿੰਦਾ ਮੈਂ ਥੱਲੇ ਬੈਠਣਾ, ਜਾ ਕੇ ਕਹਿੰਦਾ ਜੇ ਮੈਂ ਥੱਲੇ ਬੈਠੂ ਚਾਹੇ ਸਾਰਾ ਦਿਨ ਬਿਠਾਈ ਰੱਖੋ, ਜਿੰਨੀ ਮਰਜ਼ੀ ਗਰਮੀ ਹੋਵੇ, ਜਿੰਨਾ ਮਰਜ਼ੀ ਕੁਛ ਹੋਵੇ। ਹੁਣ ਪ੍ਰਧਾਨ ਨਾਲ ਇਸੇ ਮਸਲੇ 'ਤੇ ਮੇਰੀ ਜਿਹੜੀ ਕੱਲ੍ਹ ਮੈਂ ਫੋਟੋ ਪਾਈ ਸੀ ਪੰਜਾਬ ਪ੍ਰਧਾਨ ਅਤੇ ਜਗਿੰਦਰ ਸਿੰਘ ਅਗਰਾਹਾਂ ਦੇ ਨਾਲ, ਇਸ ਮੁੱਦੇ 'ਤੇ ਮੇਰੀ ਮੀਟਿੰਗ ਹੋਈ, ਇਸ ਮੁੱਦੇ 'ਤੇ ਗੱਲ ਹੋਈ। ਉਹ ਕਹਿੰਦਾ ਮੈਂ ਬੇਟਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਸਿੱਧੂ ਨੇ ਐਡੀ ਵੱਡੀ ਗੱਲ ਕਹੀ। ਬਾਕੀ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਹਾਂ। ਜਿਹੜੇ ਭਰਾ ਰੋਜ਼ ਹੀ ਕਮੈਂਟ ਮੈਸੇਜ ਕਰਦੇ ਹੁੰਦੇ ਨੇ, ਹੈ ਨਾ, ਪੁੱਛਦੇ ਰਹਿੰਦੇ ਨੇ ਵੀ ਸਿੱਧੂ ਕਿਸਾਨਾਂ ਦੇ ਹੱਕ 'ਚ ਆਊ, ਸਿੱਧੂ ਤਾਂ ਪਹਿਲਾਂ ਹੀ ਤੁਹਾਨੂੰ ਪਤਾ ਸਿੱਧੂ ਕਿਸਾਨੀ ਨੂੰ ਪ੍ਰਮੋਟ ਕਿੰਨੀ ਕਰ ਰਿਹਾ। ਬਹੁਤ ਸਾਰੇ ਕਲਾਕਾਰ ਤੁਸੀਂ ਦੇਖਿਆ ਵੀ ਚੰਡੀਗੜ੍ਹ ਦੇ ਵਿੱਚ ਰਹਿੰਦੇ, ਹੁਣ ਨਵੇਂ ਟਰੈਕਟਰ ਸਿੱਧੂ ਦੇ ਰੀਜ਼ਨਾਂ ਕਢਾ ਲਏ ਵੀ ਜਿਵੇਂ ਸਿੱਧੂ ਖੇਤੀ ਕਰਦਾ ਅਸੀਂ ਵੀ ਐਵੇਂ ਜਿਕਰੂ ਖੇਤੀ ਕਰੀਏ। ਹੁਣ ਇਸ ਤੋਂ ਬਾਅਦ ਦੱਸੋ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕੀ ਹੋਊਗਾ। ਸਾਰੀ ਝੋਨਾ ਜੀਰੀ ਸਾਰਾ ਕੁਛ ਆਪ ਲਾਇਆ, ਅੱਜ ਵਰਲਡ ਲੈਵਲ 'ਤੇ 5ਵੇਂ 7
ਦਾ ਇਕੱਠ ਹੋ ਜਾਏ, ਸਿੱਧੂ ਸਿੱਧੂ ਪਹੁੰਚੂਗਾ ਪਟਿਆਲੇ, ਇੰਨਾ ਇਕੱਠ ਕਿਵੇਂ ਸਾਂਭੂ ਜਥੇਬੰਦੀ? ਇਹੀ ਕਾਰਨ ਆ, ਇਹੀ ਕਾਰਨ ਕਰਕੇ ਜਦੋਂ ਵੀ ਅਸੀਂ ਮਾਨਸਾ ਜਾਂ ਬਰਨਾਲੇ ਦੇ ਵਿੱਚ ਪ੍ਰੋਟੈਸਟ ਸਿੱਧੂ ਦਾ ਕਰਾਵਾਂਗੇ, ਕਿਉਂਕਿ ਉਸ ਹਿਸਾਬ ਨਾਲ ਪਰਮਿਸ਼ਨਾਂ ਲੈਣੀਆਂ ਪੈਂਦੀਆਂ, ਸਿੱਧੂ ਲਈ ਬਹੁਤ ਵੱਡੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ, ਜਿਹੜੇ ਭਰਾ ਪੁੱਛ ਰਹੇ ਨੇ ਉਹ ਅੜੀਵਾਲ ਬੰਦਾ, ਉਹ ਕਹਿੰਦਾ ਵੀ ਮੈਂ ਬੈਠੂ ਥੱਲੇ ਭੁੰਜੇ ਬੈਠੂ, ਉਹਨੂੰ ਪਤਾ ਮਿੱਟੀ ਲਟਣ ਦਾ ਉਹਨੂੰ ਸ਼ੌਂਕ ਹੈ, ਮਿੱਟੀ ਨਾਲ ਉਹਦਾ ਪਿਆਰ ਹੈ, ਹੁਣ ਉਹ ਚੀਜ਼ ਨੂੰ ਮੰਨ ਨਹੀਂ ਰਿਹਾ ਸੀ, ਆਖਿਆ ਵੀ ਉੱਥੋਂ ਬੈਠਾ ਕੋਈ ਵੀਡੀਓ ਫੋਟੋ ਪਾ ਦੇ, ਕਹਿੰਦਾ ਮੈਂ ਨਹੀਂ ਪਾਉਂਦਾ, ਮੈਂ ਥੱਲੇ ਆ ਕੇ ਲੜਾਈ ਲੜੂ। ਇਹ ਸਭ ਤੋਂ ਬਾਅਦ ਜੋ ਸਿੱਧੂ ਮੂਸੇਵਾਲਾ ਨੂੰ ਕਹਿ ਰਹੇ ਸੀ ਕਿ ਉਹ ਕਿਸਾਨੀ ਦੇ ਹੱਕ ਵਿੱਚ ਨਹੀਂ ਹਨ, ਉਹਨਾਂ ਵਿਅਕਤੀਆਂ ਨੂੰ ਜਵਾਬ ਮਿਲ ਹੀ ਚੁੱਕਿਆ ਹੋਵੇਗਾ। ਤੇ ਇਹ ਵੀ ਪਤਾ ਲੱਗ ਗਿਆ ਹੋਇਆ ਕਿ ਸਿੱਧੂ ਮੂਸੇਵਾਲਾ ਸ਼ੋ ਆਫ ਕਰਨ ਵਾਲਿਆਂ ਵਿੱਚੋਂ ਬਿਲਕੁਲ ਨਹੀਂ ਹਨ। ਜੇਕਰ ਤੁਹਾਨੂੰ ਵੀ ਵੀਡੀਓ ਵਿਚਲੀ ਜਾਣਕਾਰੀ ਵਧੀਆ ਲੱਗੇ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲਾ ਦੇ ਫੈਨ ਹੋ ਤਾਂ ਇਸ ਵੀਡੀਓ ਵਿੱਚ ਮੂਸੇਵਾਲਾ ਜਿੰਦਾਬਾਦ ਲਿਖਣਾ ਨਾ ਭੁੱਲਣਾ। ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ, ਤੇ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।